ਜਰਮਨ ਸਰਕਾਰ ਲੋਕਾਂ ਨੂੰ ਬਹੁਤ ਪੈਸੇ ਦੇ ਰਹੀ ਆ ਜਿਵੇਂ ਕਿ 250 ਯੂਰੋ ਤੱਕ ਕਿੰਦਰਗੈਲ ਮਿਲ ਜਾਂਦੇ ਨੇ ਇੱਕ ਬੱਚੇ ਦੇ 250 ਯੂਰੋ ਤੱਕ ਕਿੰਦਰਗੈਲ ਸੂਸ਼ਲਗ ਮਿਲ ਜਾਂਦੀ ਆ 300 ਯੂਰੋ ਤੱਕ ਜਿਹੜਾ ਵੋਨਗੈਲ ਮਿਲ ਜਾਂਦੇ ਨੇ ਜੇ ਬੰਦੇ ਕਿਸੇ ਦਾ ਕੰਮ ਛੱਡੀ ਜਾਂਦਾ ਆ ਤੇ ਉਹਨੂੰ ਜਿਹੜਾ ਆਬਾਇਸਲੋਸਨ ਗੈਲ ਆਇਨਸ ਮਿਲ ਜਾਂਦੇ ਨੇ ਜੇ ਕੋਈ ਬੰਦਾ ਬਿਲਕੁਲ ਹੀ ਕੰਮ ਨਹੀਂ ਕਰ ਰਿਹਾ ਉਹਨੂੰ ਬੁਰਗਗੈਲ ਮਿਲ ਜਾਂਦੇ ਨੇ ਠੀਕ ਆ ਜੀ ਬੱਚਿਆਂ ਦੀ ਪੜ੍ਹਾਈ ਲਿਖਾਈ ਨੂੰ ਲੈ ਕੇ ਹੈਲਪ ਮਿਲ ਜਾਂਦੀ ਆ ਬਾਕੀ ਜੇ ਕਿਸੇ ਦੇ ਘਰ ਕੋਈ ਬੇਬੀ ਪੈਦਾ ਹੋਇਆ ਆ ਉਦੋਂ ਸਹੂਲਤ ਮਿਲ ਜਾਂਦੀ ਆ ਸੋ ਇਸੇ ਤਰ੍ਹਾਂ ਫੋਨ ਆਇਆ ਸੀ ਇਟਲੀ ਤੋਂ ਕਿਸੇ ਅਥੋਂ ਜਰਮਨੀ ਤੋਂ ਕਿਸੇ ਵੀਰ ਨੇ ਅਗਾ ਮੇਰਾ ਫੋਨ ਨੰਬਰ ਦਿੱਤਾ ਸੀ ਤੇ ਉਹ ਪੁੱਛ ਰਹੇ ਸੀ ਕਿ ਵੀਰ ਜੀ ਸਾਡੇ ਕੋਲ ਇਟਾਲੀਅਨ ਪਾਸਪੋਰਟ ਹੈ ਸਾਰੀ ਫੈਮਿਲੀ ਦੇ ਕੋਲ ਤੇ ਅਸੀਂ ਜਰਮਨੀ ਚ ਆ ਕੇ ਰਹਿਣਾ ਚਾਹੁੰਦੇ ਆ ਤੇ ਇਹ ਸਾਰੀਆਂ ਗੱਲਾਂ ਪੁੱਛ ਰਹੇ ਸੀ ਠੀਕ ਹੈ ਜੀ ਤੇ ਜੋ ਮੈਂ ਵੀਰ ਨਾਲ ਗੱਲਬਾਤ ਕੀਤੀ ਆ ਜੋ ਮੈਂ ਉਹਨਾਂ ਨੂੰ ਜਵਾਬ ਦਿੱਤਾ ਆ ਤੇ ਉਹੀ ਮੈਂ ਤੁਹਾਡੇ ਭੈਣ ਭਰਾਵਾਂ ਨਾਲ ਗੱਲਬਾਤ ਸ਼ੇਅਰ ਕਰਨ ਜਾ ਰਿਹਾ ਕਿਉਂਕਿ ਸਾਡੇ ਸਾਰੇ ਭੈਣ ਭਰਾਵਾਂ ਨੂੰ ਗੱਲ ਦਾ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਆ ਕਿਉਂਕਿ ਬਹੁਤ ਔਖਾ ਹੁੰਦਾ ਆ ਇੱਕ ਕੰਟਰੀ ਤੋਂ ਪੈਰ ਪਟ ਕੇ ਦੂਸਰੀ ਕੰਟਰੀ ਤੇ ਵਿੱਚ ਜਾਣਾ ਠੀਕ ਹੈ ਜੀ ਇਸ ਕਰਕੇ ਸਾਨੂੰ ਸਾਰੀ ਗੱਲਬਾਤ ਦਾ ਪਹਿਲਾਂ ਹੀ ਪਤਾ ਹੋਣਾ ਚਾਹੀਦਾ ਆ ਸੋ ਇਦਾਂ ਨਹੀਂ ਹੈਗਾ ਕਿ ਜਰਮਨੀ ਦੇ ਵਿੱਚ ਆਪਾਂ ਐਵੀ ਪੈਸੇ ਲੈ ਲਾਂਗੇ ਜਾ ਕੇ ਐਵੀ ਪੈਸੇ ਲੈ ਲਾਂਗੇ ਕਿੰਦਰਗਲਸੂਸ਼ ਲਗ ਵੀ ਲੈ ਲਾਂਗੇ ਵੋਨ ਗੈਲਟ ਵੀ ਲੈ ਲਾਂਗੇ ਠੀਕ ਹੈ ਜੀ ਆਰਬਾਈਸਲੋਸਨ ਗੈਲ ਆਇਨਸ ਵੀ ਮਿਲ ਜਾਣਾ ਆ ਬੁਗਾ ਗੈਲ ਵੀ ਮਿਲ ਜਾਣਾ ਇਦਾਂ ਨਹੀਂ ਹੈਗਾ ਠੀਕ ਹੈ ਜੀ ਇਹਨਾਂ ਨੇ ਇੱਕ ਫੈਮਲੀਆ ਨੂੰ ਲੈ ਕੇ ਇੱਕ ਬਜਟ ਰੱਖਿਆ ਹੁੰਦਾ ਆ ਠੀਕ ਹੈ ਜੀ ਬਾਕੀ ਹਰ ਸ਼ਹਿਰ ਦਾ ਬਾਕੀ ਹਰ ਕਰਾਇਸ ਦਾ ਇੱਕ ਆਪਣਾ ਇੱਕ ਟੇਬਲ ਹੁੰਦਾ ਹੈ ਕਿ ਤਬਿਲ ਹੁੰਦਾ ਹੈ ਉਹਦੇ ਹਿਸਾਬ ਨਾਲ ਇਹਨਾਂ ਨੇ ਚੈੱਕ ਕਰਨਾ ਹੁੰਦਾ ਹੈ ਕਿ ਤੁਹਾਡੀ ਇਨਕਮ ਕਿੰਨੀ ਆ ਤੁਹਾਡੇ ਘਰ ਦਾ ਕਿਰਾਇਆ ਕਿੰਨਾ ਆ ਤੁਸੀਂ ਜੀ ਕਿੰਨੇ ਹੋ ਤੁਹਾਡਾ ਟੋਟਲ ਖਰਚਾ ਕਿੰਨਾ ਬਣਦਾ ਹੈ ਠੀਕ ਹੈ ਜੀ ਉਸ ਹਿਸਾਬ ਨਾਲ ਇਹ ਜਿਹੜਾ ਹੈ ਪ੍ਰੂਫਿੰਗ ਕਰਦੇ ਆ ਇੰਡੀਵਿਡਿਊਅਲ ਠੀਕ ਹੈ ਜੀ ਹਰ ਬੰਦੇ ਦੀ ਅਲੱਗ-ਅਲੱਗ ਹੁੰਦੀ ਆ ਤੇ ਫਿਰ ਜਾ ਕੇ ਜੇ ਆਪਾਂ ਕਮਾਈ ਕਰ ਰਹੇ ਹਾਂ ਠੀਕ ਹੈ ਸਾਡੀ ਇਨਕਮ ਹੈਗੀ ਆ ਪਰ ਉਸ ਮਤਲਬ ਟੇਬਲ ਦੇ ਹਿਸਾਬ ਨਾਲ ਘਟਿਆ ਤੇ ਫਿਰ ਆਪਾਂ ਮੂਨ ਗੈਲਟ ਅਪਲਾਈ ਕਰ ਸਕਦੇ ਆ ਤੇ ਨਾਲ ਕੇਂਦਰ ਗੱਲ ਸੂਸ਼ ਲਗ ਅਪਲਾਈ ਕਰ ਸਕਦੇ ਆ ਤੇ ਉਹਦੇ ਵਿੱਚ ਇਹ ਨਹੀਂ ਹੈਗਾ ਕਿ ਕੇਂਦਰ ਗੱਲ ਸੂਸ਼ ਲਗ ਜੇ 250 ਯੂਰੋ ਸਰਕਾਰ ਕਹਿੰਦੀ ਹੈ ਤੇ 250 ਯੂਰੋ ਪੂਰਾ ਹੀ ਮਿਲਣਾ ਆ ਜਾਂ ਮੋਂ ਗੈਲਟ ਵੀ ਪੂਰਾ ਅਮਾਉਂਟ ਮਿਲੇਗਾ ਉਹ ਵੀ ਉਹਨਾਂ ਨੇ ਪ੍ਰੂਫ ਕਰਨਾ ਆ ਕਿ ਤੁਹਾਡੀ ਇਨਕਮ ਕਿੰਨੀ ਆ ਜੀ ਕਿੰਨੇ ਨੇ ਘਰ ਦਾ ਕਿਰਾਇਆ ਕਿੰਨਾ ਆ ਤੇ ਕਿੰਨੇ ਉਸ ਹਿਸਾਬ ਨਾਲ ਪੈਸੇ ਕੱਟ ਰਹੇ ਨੇ ਤੇ ਉਹਨੇ ਉਹਨਾਂ ਨੇ ਡਿਵਾਈਡ ਕਰਕੇ ਉਹਨਾਂ ਬੱਚਿਆਂ ਨੂੰ ਦੇ ਦਨੇ ਨੇ ਕੇਂਦਰ ਗੱਲ ਸੂਸ਼ ਲਗ ਹੋ ਸਕਦਾ ਹੈ ਇੱਕ ਬੱਚੇ ਦੇ 70 80 ਯੂਰੋ ਹੀ ਮਿਲਣ ਹੋ ਸਕਦਾ ਹੈ 150 ਮਿਲ ਜੇ ਇੱਕ ਬੱਚੇ ਦਾ ਤੇ ਹੋ ਸਕਦਾ ਪੂਰਾ ਅਮਾਉਂਟ ਵੀ ਮਿਲ ਜੇ ਠੀਕ ਹੈ ਜੀ ਬ ਰਹਿੰਦਿਆਂ ਨੂੰ ਹੋ ਗਏ 4-5 ਸਾਲ ਠੀਕ ਹੈ ਜੀ ਤੇ ਮੰਨ ਲਓ ਕਿ ਕੋਈ ਬੰਦਾ ਇੱਥੇ ਹੁਣ ਬੁਰਗਾ ਗੈਲਟ ਲੈ ਰਿਆ ਆ ਠੀਕ ਹੈ ਜੀ ਤੇ ਉਹਦੇ ਘਰ ਹੁਣ ਬੇਬੀ ਪੈਦਾ ਹੁੰਦਾ ਆ ਤੇ ਹੁਣ ਉਹ ਜੇ ਘਰ ਦੇ ਕੰਮ ਨਹੀਂ ਕਰਦੇ ਤੇ 300 ਯੂਰੋ ਮੰਨ ਲਓ ਕਿ ਉਹਨਾਂ ਨੂੰ ਜਿਹੜਾ ਐਲਟਨ ਗੈਲਟ ਮਿਲਨੇ ਆ ਠੀਕ ਹੈ ਇੱਕ ਪਾਸੇੋਂ ਮਿਲਨੇ ਤੇ ਦੂਜੇ ਪਾਸੇ ਉਹਨਾਂ ਨੇ ਕੱਟ ਲੈਣੇ ਉਹਨੇ ਹੀ ਉਹ ਕੱਟ ਦੇਣੇ ਆ ਗੱਲ ਫੇਰ ਘੁੰਮ ਕੇ ਉੱਥੇ ਆ ਜਾਣੀ ਆ ਸੇਮ ਇਸੇ ਤਰ੍ਹਾਂ ਹੀ ਜੇ ਕੋਈ ਬੰਦਾ ਬੁਰਗਾ ਗੈਲਟ ਲੈ ਰਿਆ ਚਲੋ ਬੁਰਗਾ ਗੈਲਟ ਨਹੀਂ ਲੈ ਰਿਆ ਮੰਨ ਲਓ ਕਿ ਕੰਮ ਕਰ ਰਿਆ ਨਾਲ ਆਫਸ਼ੋਰਕਿੰਗਸ ਹਿਲਪ ਲੈ ਰਿਆ ਆ ਥ ਤੇ ਉਹ ਆਪਣਾ ਕੇਂਦਰ ਗੈਲ ਸੂਸ਼ ਲਗ ਲੈਂਦਾ ਆ ਤੇ ਉਹ ਕੇਂਦਰ ਗੈਲ ਸੂਸ਼ ਲਗ ਜਿੰਨੇ ਪੈਸੇ ਆਣੇ ਆ ਉਹਨਾਂ ਨੇ ਆਫ ਸਟਾਕਿੰਗ ਸੇਲ ਫੇ ਜਿਹੜੀ ਮਿਲਦੀ ਆ ਉਹਦੇ ਵਿੱਚੋਂ ਕੱਟ ਲੈਣੇ ਆ ਸੋ ਗੱਲ ਮੋੜ ਛੋੜ ਕੇ ਉੱਥੇ ਆ ਜਾਂਦੀ ਆ ਕਿ ਇਹਨਾਂ ਨੇ ਇੱਕ ਫੈਮਲੀ ਨੂੰ ਇੱਕ ਬਜਟ ਦੇ ਵਿੱਚ ਰੱਖਿਆ ਹੋਇਆ ਆ ਤੇ ਉਹਦੇ ਹਿਸਾਬ ਨਾਲੇ ਪੈਸੇ ਜਿਹੜਾ ਆ ਦਿੰਦੇ ਆ ਇਹ ਨਹੀਂ ਹੁੰਦਾ ਕਿ ਆਪਾਂ ਨੂੰ ਇਹ ਵੀ ਪੈਸੇ ਮਿਲ ਜਾਣਗੇ ਤੇ ਇਹ ਵੀ ਪੈਸੇ ਮਿਲ ਜਾਣਗੇ ਆਈ ਹੋਪ ਮੈਂ ਇੱਕ ਗੱਲ ਜਿਹੜੀ ਆ ਚੰਗੀ ਤਰ੍ਹਾਂ ਡਿਟੇਲ ਵਿੱਚ ਕਲੀਅਰ ਕਰ ਪਾਇਆ ਹੋਵਾਂਗਾ ਕਿਉਂਕਿ ਬਹੁਤ ਔਖਾ ਹੁੰਦਾ ਆ ਇੱਕ ਦੇਸ਼ ਤੋਂ ਪਿਆਰ ਪੁੱਟ ਕੇ ਕਿਸੇ ਦੂਸਰੇ ਦੇਸ਼ ਜਾਣਾ ਤੁਹਾਨੂੰ ਪਹਿ ਚੰਗੀ ਲੱਗੀ ਲਾਈਕ ਸ਼ੇਅਰ ਤੇ ਫੋਲੋ ਕਰ ਦਿਓ ਜੇ ਕੋਈ ਗੁਸਤਾਖੀ ਹੋ ਜਾਂਦੀ ਹੈ ਜਾਣੇ-ਣੇ ਵੀ ਤਰਲਵ ਸਿੰਘ ਹਮ ਦੋਵੇਂ ਹੱਥ ਜੋੜ ਕੇ ਤੋਰਤ ਮਾਫੀ ਚਾਹੁੰਦਾ ਜੀ ਸਸ਼ਟਰੀਆ ਕਾਲ ਸਾਰਨ ਤੇ ਜੰਦੇ ਵਸਤਰੋ